ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 8ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 13ਵਾਂ, ਗ੍ਰਾਫਾਂ ਬਾਰੇ ਜਾਣਕਾਰੀ, ਅਭਿਆਸ ਨੰਬਰ 13.1 ਤੇ ਇਸ ਅਭਿਆਸ ਦੇ ਅਗਲੇ ਦੋ ਸਵਾਲ, ਤੀਜਾ ਅਤੇ ਚੌਥਾ ਅਸੀਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ, ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ। ਸੋ ਸ਼ੁਰੂ ਕਰੀਏ। ਸੋ ਪਹਿਲਾ ਸਵਾਲ ਹੈ ਬੱਚਿਓ, ਕਹਿੰਦੇ ਗ੍ਰਾਫ ਪੇਪਰ 'ਤੇ ਬਿੰਦੂ 2, 3, ਜਿਹੜਾ ਐਕਸ ਨਿਰਦੇਸ਼ਕ 2 ਅਤੇ ਵਾਈ ਨਿਰਦੇਸ਼ਕ 3 ਹੈਗਾ, ਠੀਕ ਹੈ। ਅਤੇ 3 ਅਤੇ 2, ਪਹਿਲੇ 'ਚ 2 ਮਤਲਬ ਭੁਜ ਜਿਹੜਾ 2 ਹੈਗਾ ਅਤੇ ਕੋਟੀ 3 ਹੈਗਾ, ਅਤੇ ਦੂਜੇ ਬਿੰਦੂ ਦਾ ਭੁਜ ਜਿਹੜਾ 3 ਹੈਗਾ ਅਤੇ ਕੋਟੀ 2 ਹੈਗਾ। ਸੋ ਕਹਿੰਦੇ ਇਹਨਾਂ ਨੂੰ ਅੰਕਿਤ ਕਰੋ ਅਤੇ ਪਤਾ ਕਰੋ ਕਿ ਦੋਨੋਂ ਬਿੰਦੂ ਇੱਕੋ ਸਥਿਤੀ 'ਤੇ ਹਨ। ਸੋ ਬੱਚਾ ਉਹ ਦੇਖਦੇ ਹਾਂ, ਬੜਾ ਵਧੀਆ ਸਵਾਲ ਹੈ। ਨਾਲੇ ਜਿਹੜੇ ਸਵਾਲ ਅਸੀਂ ਪਹਿਲੇ ਔਰ ਦੂਜੇ ਕੀਤੇ ਨੇ ਮੁੱਢਲੇ ਜੇ, ਉਹਦਾ ਵਿਸਥਾਰਿਤ ਰੂਪ ਹੈਗਾ। ਅੱਗੇ ਸਿਧਾਂਤਕ ਜਿਹੜੀ ਸਪਸ਼ਟਤਾ ਹੈ ਉਹਨੂੰ ਸਿੱਖਣ ਲਈ ਹੈ ਅਸੀਂ ਸਵਾਲ ਕਰਾਂਗੇ। ਅਤੇ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਚੇਤਾ ਕਰਾ ਦੇਵਾਂ ਕਿ ਇਸੇ ਚੈਨਲ 'ਤੇ ਤੁਹਾਡੀਆਂ 8ਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਨੇ। ਤੁਸੀਂ ਉਹਨਾਂ ਨੂੰ ਪਲੇਲਿਸਟਾਂ ਨੂੰ ਜ਼ਰੂਰ ਖੋਲ੍ਹ ਕੇ ਉਹਨਾਂ ਵਿਸ਼ਿਆਂ ਦੇ ਵੀਡੀਓ ਵੀ ਜ਼ਰੂਰ ਦੇਖੋ। ਇੱਕ ਹੈਗੀ 8th ਮੈਥ ਨੋਟਸ, ਇੱਕ ਹੈਗੀ 8th ਗ੍ਰੈਮਰ, ਇੱਕ ਹੈਗੀ 8th ਇੰਗਲਿਸ਼, ਇੱਕ ਹੈਗੀ 8th ਸਾਇੰਸ, ਇੱਕ ਹੈਗੀ ਹੈ ਆਪਣਾ ਗਣਿਤ ਦੇ ਸਿਧਾਂਤ, ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਆਓ ਦੇਖੀਏ ਬੱਚੇ ਹੁਣ ਅਗਲੇ ਸਵਾਲ। ਸੋ ਸਵਾਲ ਇੱਦਾਂ ਕਰਨਾ ਬੱਚੇ, ਅਸੀਂ ਇਹ ਗ੍ਰਾਫ ਪੇਪਰ ਲੈ ਲੈਣਾ। ਮੈਂ ਤੁਹਾਡੇ ਲਈ ਗ੍ਰਾਫ ਪੇਪਰ ਦੀ ਫੋਟੋ ਇੱਥੇ ਲਾ ਕੇ ਇਹ ਸਵਾਲ ਕੀਤਾ ਹੈ। ਸੋ ਬਿੰਦੂ 2, 3 ਲਈ, ਜਿੱਦਾਂ ਅਸੀਂ ਬਿੰਦੂ ਪਹਿਲੇ ਅੰਕਿਤ ਕਰਦੇ ਸਿੱਖੇ ਨੇ। ਸੋ ਪਹਿਲਾ ਬਿੰਦੂ 2, 3 ਹੈਗਾ। ਸੋ 1 ਅਤੇ 2, ਫਿਰ 1, 2, 3 ਬਿੰਦੂ ਕੇਵਲਾ ਹੋ ਗਿਆ। ਇਹਦੇ ਲਈ ਨਿਰਦੇਸ਼ ਐਕਸ ਨਿਰਦੇਸ਼ਕ 2 ਹੈਗਾ ਅਤੇ ਵਾਈ ਨਿਰਦੇਸ਼ਕ ਜਿਹੜਾ 3 ਹੈਗਾ, ਭਾਵ ਭੁਜ 2 ਹੈ ਅਤੇ ਕੋਟੀ 3 ਹੈਗਾ। ਫਿਰ ਬਿੰਦੂ 3, 2, ਸੋ 1, 2, 3, ਫਿਰ 1 ਅਤੇ 2, ਇਹ ਵਾਲਾ ਬਿੰਦੂ ਇੱਥੇ ਆ ਗਿਆ। ਇਹਦੇ ਲਈ ਐਕਸ ਨਿਰਦੇਸ਼ਕ 3 ਹੈਗਾ ਅਤੇ ਵਾਈ ਨਿਰਦੇਸ਼ਕ 2 ਹੈਗਾ। ਦੋਵੇਂ ਬਿੰਦੂਆਂ ਨੂੰ ਗ੍ਰਾਫ 'ਤੇ ਅੰਕਿਤ ਕੀਤਿਆਂ, ਅੰਕਿਤ ਕਰ ਲਿਆ ਆਪਾਂ, ਇਹ ਸਪਸ਼ਟ ਹੈ ਕਿ ਦੋਵੇਂ ਬਿੰਦੂ ਇੱਕੋ ਸਥਿਤੀ 'ਤੇ ਨਹੀਂ ਹਨ। ਕਿ ਇੱਕੋ ਥਾਂ 'ਤੇ ਹੈਗੇ? ਨਹੀਂ ਬੱਚੇ, ਇੱਕ ਥਾਂ 'ਤੇ ਨਹੀਂ ਹੈਗੇ। ਇਹਦੀ ਥਾਂ ਹੋਰ ਹੈਗੀ ਹੈ। ਸਥਿਤੀ ਦਾ ਮਤਲਬ ਹੈ ਥਾਂ। ਮੁਝੇ ਉਹ ਕਹਿਣਾ ਚਾਹੁੰਦੇ ਨੇ ਵੀ ਕੀ ਉਹ ਇੱਕੋ ਥਾਂ 'ਤੇ ਹਨ? ਹਾਂ ਜੀ ਨਾ, ਸਿਰਫ 2, ਤੁਸੀਂ ਕਹਿ ਲਓ ਕਿ ਇਹ ਵੀ 2 ਅਤੇ 3 ਹੈਗਾ ਇਹਦੇ ਵਿੱਚ ਵੀ, ਅਤੇ ਇਹਦੇ ਵਿੱਚ 2 ਔਰ 3 ਹੈਗਾ। ਪਰ ਬੱਚੋ ਇੱਥੇ ਐਕਸ 2 ਹੈਗਾ, ਵਾਈ 3 ਹੈਗਾ, ਅਤੇ ਇਹਦੇ ਵਿੱਚ ਐਕਸ 3 ਹੈਗਾ ਅਤੇ ਵਾਈ 2 ਹੈਗਾ। ਸੋ ਇਸ ਤਰ੍ਹਾਂ ਇਹ ਦੋਵੇਂ ਜਿਹੜੇ, ਮਤਲਬ ਕਿ ਇਸ ਚੀਜ਼ ਦਾ ਬੜਾ ਫਰਕ ਪੈਂਦਾ ਕਿ ਤੁਸੀਂ 2 ਪਹਿਲਾਂ ਲਿਖਿਆ, 3 ਪਹਿਲਾਂ ਲਿਖਿਆ। ਸੋ ਇਹਦੇ ਨਾਲ ਜਿਹੜੀ ਚੀਜ਼ ਚੇਂਜ ਹੋ ਜਾਂਦੀ ਹੈ, ਠੀਕ ਹੈ ਨਾ। ਅਸੀਂ ਕਹਿੰਦੇ ਹਾਂ 2 ਜਮ੍ਹਾਂ 3 ਬਰਾਬਰ 5 ਹੁੰਦਾ, ਅਤੇ 3 ਜਮ੍ਹਾਂ 2 ਵੀ 5 ਹੁੰਦਾ, 2 ਤੀਆ 6 ਹੁੰਦਾ, ਅਤੇ 3 ਗੁਣਾ 2 ਵੀ 6 ਹੁੰਦਾ। ਪਰ ਇੱਥੇ ਗ੍ਰਾਫ ਦੇ ਵਿੱਚ ਤੁਸੀਂ ਪਹਿਲੇ ਕਿਹੜਾ ਅੰਕ ਲਿਖਦੇ ਹੋ ਅਤੇ ਉਹਦੇ ਦਾ ਬਾਅਦ 'ਚੋਂ ਕਿਹੜਾ ਲਿਖਦੇ ਹੋ, ਉਹਦਾ ਫਰਕ ਪੈ ਜਾਂਦਾ। ਸੋ ਜੇ 2 ਔਰ 3 ਲਿਖਾਂਗੇ ਤਾਂ ਬਿੰਦੂ ਇੱਥੇ ਆਏਗਾ, ਜੇ 3 ਔਰ 2 ਲਿਖਾਂਗੇ ਤਾਂ ਬਿੰਦੂ ਇੱਥੇ ਆਏਗਾ। ਸੋ ਦੋਨੋਂ ਬਿੰਦੂਆਂ ਦੀ ਜਿਹੜੀ ਸਥਿਤੀ ਇਹ ਥਾਂ ਹੈ ਉਹ ਇੱਕੋ ਨਹੀਂ ਹੈ, ਠੀਕ ਹੈ। ਆਓ ਅਗਲਾ ਸਵਾਲ ਦੇਖੀਏ। ਅਗਲਾ ਸਵਾਲ ਹੈ ਬੱਚੋ, ਗ੍ਰਾਫ ਪੇਪਰ 'ਤੇ ਬਿੰਦੂ ਹੇਠਾਂ ਦਿੱਤੇ ਬਿੰਦੂ ਅੰਕਿਤ ਕਰੋ ਅਤੇ ਜਾਂਚ ਕਰੋ ਕਿ ਉਹ ਇੱਕ ਰੇਖਾ ਵਿੱਚ ਹਨ ਜਾਂ ਨਹੀਂ। ਸੋ ਬੱਚੇ 4 ਨੇ ਭਾਗ ਸਾਨੂੰ ਏ, ਬੀ, ਸੀ, ਡੀ, ਅਤੇ 4 ਭਾਗਾਂ ਵਿੱਚ 4-4 ਬਿੰਦੂ ਦਿੱਤੇ ਨੇ। ਸੋ ਇਹ ਬੜਾ ਵਧੀਆ ਸਵਾਲ ਹੈ, ਮੁੱਢਲਾ ਸਵਾਲ ਹੈ। ਪਰ ਮੁੱਢਲੇ ਸਵਾਲ ਦੇ ਵਿੱਚ ਨਾਲ ਗੱਲ ਹੁਣ ਸਿਧਾਂਤਕ ਜਿਹੜੀਆਂ ਗੱਲਾਂ ਨੇ ਉਹ ਜੋੜੀਆਂ ਗਈਆਂ ਨੇ। ਸੋ ਅਸੀਂ ਇੱਕ ਕਰਕੇ ਕਰਦੇ ਹਾਂ। ਪਹਿਲਾ ਭਾਗ ਹੈ 3, 7, 3, 4, 3, 2, 3, 0। ਸੋ 1, 2, 3 ਅਤੇ 3, 0, ਇੱਕ ਬਿੰਦੂ ਇਹ ਵਾਲਾ ਆ ਗਿਆ। ਫਿਰ ਹੈਗਾ 3, 2 ਅਤੇ 1 ਅਤੇ 2, 3, 2 ਆ ਗਿਆ। ਫਿਰ 3, 4 ਹੈਗਾ, ਫਿਰ 2, 3, 4, 3, 4 ਇਹ ਆ ਗਿਆ। ਫਿਰ 3, 7 ਆ ਗਿਆ, 5, 6, 7।
ਸੋ ਬੱਚਿਓ ਇਹ ਇੱਕ ਇਹ ਬਿੰਦੂ ਬਣਿਆ, ਇੱਕ ਇਹ ਬਿੰਦੂ ਬਣਿਆ, ਇੱਕ ਇਹ ਬਿੰਦੂ ਬਣਿਆ, ਇੱਕ ਇਹ ਬਿੰਦੂ ਬਣਿਆ। ਅਤੇ ਅਸੀਂ ਕੀ ਕਰਨਾ ਹੈ, ਸਿਰੇ ਦੇ ਬਿੰਦੂਆਂ ਨੂੰ ਜੋੜ ਕੇ ਦੇਖਣਾ ਹੈ। ਅਤੇ ਬੱਚਿਓ ਸਾਫ਼ ਪਤਾ ਲੱਗਦਾ ਹੈ ਕਿ ਇਹ ਸਾਰੇ ਬਿੰਦੂ ਜਿਹੜੇ ਨੇ ਇੱਕੋ ਰੇਖਾ 'ਤੇ ਨੇ, ਜਾਂ ਜਿਹੜੀ ਰੇਖਾ ਹੈਗੀ ਹੈ ਇੱਕ ਸਿਰੇ ਤੋਂ ਦੂਜੇ ਸਿਰੇ ਤੋਂ ਜੋੜੀਏ ਅਤੇ ਉਹ ਸਾਰੇ ਬਿੰਦੂਆਂ 'ਚੋਂ ਲੰਘ ਕੇ ਜਾਂਦੀ ਹੈ। ਸੋ ਇਹਦਾ ਜਵਾਬ ਕੀ ਹੋਏਗਾ, ਇਹਨੂੰ ਜਵਾਬ ਇੱਦਾਂ ਲਿਖਣਾ, ਬਿੰਦੂਆਂ ਨੂੰ ਅੰਕਿਤ ਕਰਕੇ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਬਿੰਦੂ ਇੱਕ ਰੇਖਾ ਵਿੱਚ ਹਨ। ਇਹ ਵੀ ਰੇਖਾ 'ਤੇ ਹੈਗਾ, ਇਹ ਵੀ ਰੇਖਾ 'ਤੇ ਹੈਗਾ, ਇਹ ਵੀ ਰੇਖਾ 'ਤੇ ਹੈਗਾ, ਇਹ ਵੀ ਰੇਖਾ 'ਤੇ ਹੈਗਾ। ਸੋ ਇੱਦਾਂ ਜਵਾਬ ਲਿਖਣਾ, ਠੀਕ ਹੈ। ਆਓ ਹੁਣ ਅਗਲਾ ਭਾਗ ਦੇਖੀਏ। ਅਗਲੇ ਭਾਗ 'ਚ ਵਿੱਚੋਂ 0 0, 0 0, 2 2, 4 4, 6 6। ਸੋ 0 0 'ਤੇ ਵਿੱਚੋਂ ਇਹ ਵਾਲਾ ਹੁੰਦਾ ਹੈ ਜਿੱਥੇ ਵਾਈ ਧੁਰਾ ਅਤੇ ਐਕਸ ਧੁਰਾ ਕੱਟਦੇ ਨੇ, ਉਹਨੂੰ ਕਿਹਾ ਜਾਂਦਾ ਹੈ 0 0। ਸੋ ਇਹ ਤਾਂ ਹੋ ਗਿਆ 0 0, ਇੱਥੇ ਲਿਖ ਦਿੱਤਾ। ਫਿਰ ਕਹਿੰਦੇ 2 2, ਸੋ 1 2 1 2, ਠੀਕ ਹੈ। ਫਿਰ ਹੈਗਾ 4 4, ਸੋ 1 2 3 4। ਫਿਰ ਉੱਪਰ ਨੂੰ ਗਏ 1 2 3 4, ਲਓ ਜੀ। ਫਿਰ ਆ ਗਿਆ 6 6, ਸੋ 1 2 3 4 5 6, 1 2 3 4 5 6। ਸੋ ਇਹ 4 ਬਿੰਦੂ ਸਾਡੇ ਆ ਗਏ। ਅਤੇ ਜਿਹੜੇ ਬੱਚੇ ਇਹ ਸਿਰੇ ਤੋਂ ਇਹ ਸਿਰੇ 'ਤੇ ਜੋੜਿਆ, ਤਾਂ ਅਸੀਂ ਦੇਖਦੇ ਹਾਂ ਕਿ ਇਹ ਰੇਖਾ ਜਿਹੜੀ ਹੈ ਸਾਰੇ ਬਿੰਦੂਆਂ ਵਿੱਚੋਂ ਲੰਘ ਕੇ ਜਾ ਰਹੀ ਹੈ। ਸੋ ਅਸੀਂ ਲਿਖਾਂਗੇ, ਬਿੰਦੂਆਂ ਨੂੰ ਅੰਕਿਤ ਕਰਕੇ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਬਿੰਦੂ ਇੱਕ ਰੇਖਾ ਦੇ ਵਿੱਚ ਹਨ। ਸੋ ਬੱਚੇ ਤੁਸੀਂ ਇੱਦਾਂ ਹੀ ਕਰਨਾ, ਗ੍ਰਾਫ ਪੇਪਰ ਲੈਣਾ ਅਤੇ ਜਿੱਦਾਂ ਮੈਂ ਤੁਹਾਨੂੰ ਕਰਕੇ ਦਿਖਾਇਆ, ਉਦੇ ਤੁਸੀਂ ਇੱਦਾਂ ਬਿੰਦੂ ਪਾਉਣੇ ਨੇ ਅਤੇ ਫੁੱਟਾ ਲੈ ਕੇ ਫੁੱਟੇ ਨੂੰ ਬੜੇ ਸਫਾਈ ਦੇ ਨਾਲ ਇੱਦਾਂ ਰੱਖਣਾ ਅਤੇ ਇੱਦਾਂ ਬਰੀਕ ਜੀ ਲਾਈਨ ਜਿਹੜੀ ਹੈ ਰੇਖਾ ਖਿੱਚ ਦੇਣੀ ਹੈ। ਅਤੇ ਫਿਰ ਇੱਦਾਂ ਤੁਸੀਂ ਇਹ ਕਥਨ ਲਿਖ ਦੇਣਾ ਹੈ ਕਿ ਗ੍ਰਾਫ 'ਤੇ ਬਿੰਦੂ ਨੂੰ ਅੰਕਿਤ ਕਰਕੇ ਅਸੀਂ ਦੇਖਦੇ ਹਾਂ ਕਿ ਸਾਰੇ ਬਿੰਦੂ ਇੱਕ ਰੇਖਾ ਦੇ ਵਿੱਚ ਹਨ। ਅਗਲਾ ਸਵਾਲ ਅਗਲਾ ਦੇਖੀਏ। ਹੁਣ ਆ ਗਿਆ ਓਕੇ ਬੱਚੇ ਭਾਗ ਸੀ 0 4 1 4 2 4 3 4, ਜੋ 0 4 ਲਈ ਹੈ। 0 ਤੇ ਬੱਚੇ ਇਹੀ ਰਹੇਗਾ, ਐਕਸ ਮਤਲਬ ਕਿ 0, ਠੀਕ ਹੈ। ਸੋ ਐਕਸ ਮਤਲਬ ਕਿ 0 ਹੈ, ਅਤੇ ਬੱਚੇ ਫਿਰ ਇਹਨੇ ਇੱਧਰ ਨਹੀਂ ਜਾਣਾ, ਸੱਜੇ ਪਾਸੇ ਨਹੀਂ ਜਾਣਾ, ਇੱਥੇ ਰਹਿਣਾ। ਇਹਦਾ ਮਤਲਬ ਕੀ ਹੈ, ਜਿਹੜਾ ਬਿੰਦੂ ਆਏਗਾ ਵਾਈ ਧੁਰੇ ਦੇ ਉੱਤੇ ਆਏਗਾ। ਸੋ 1 2 3 4, ਇਹ ਬਿੰਦੂ ਪਾਤਾ ਅਤੇ ਲਿਖ ਦਿੱਤਾ 0 4, ਦੂਜਾ ਹੈਗਾ 1 4। ਸੋ ਇਹ ਆ ਗਿਆ 1 2 3 4, ਇਹ ਆ ਗਿਆ 1 4। ਫਿਰ ਹੈਗਾ 2 4, 1 2, ਫਿਰ ਇੱਥੇ 1 2 3 4, ਇਹ ਆ ਗਿਆ 2 4। ਫਿਰ ਹੈਗਾ 3 4, ਸੋ 1 2 3, ਅਤੇ 1 2 3 4, 4 4। ਹੁਣ ਬੱਚੇ ਜਿਹੜੇ ਇਹਨੂੰ ਅਤੇ ਇਹਨੂੰ ਜੋੜਿਆ, ਅਤੇ ਫਿਰ ਦੇਖੋ ਇਹ ਰੇਖਾਖੰਡ ਜਿਹੜਾ ਬਣ ਗਿਆ, ਇਹ ਵੀ ਸਾਰੇ ਬਿੰਦੂਆਂ 'ਚੋਂ ਲੰਘ ਕੇ ਜਾਏਗਾ। ਸੋ ਬਿੰਦੂਆਂ ਨੂੰ ਅੰਕਿਤ ਕਰਕੇ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਬਿੰਦੂ ਇੱਕ ਰੇਖਾ ਦੇ ਵਿੱਚ ਹਨ। ਆਓ ਹੁਣ ਅਗਲਾ ਦੇਖੀਏ। ਇੱਥੇ ਲਓ ਜੀ, ਇਹ ਰੇਖਾ ਵਿੱਚ ਨਹੀਂ ਹੈਗਾ, ਇਹਦੇ ਇਹ ਬੜਾ ਬੱਚੋ ਸਵਾਲ ਧਿਆਨ ਨਾਲ ਦੇਖਣਾ। ਇੱਥੇ ਮੈਂ 2 ਰੰਗ ਕਰ ਦਿੱਤੇ ਨੇ ਤਾਂ ਕਿ ਤੁਹਾਨੂੰ ਗੱਲ ਸਪਸ਼ਟ ਹੋ ਜਾਏ। 2 1, ਫਿਰ 3 2, ਫਿਰ 4 3, ਅਤੇ 5 5। ਹੁਣ ਇੱਕ ਕਰਕੇ ਦੇਖੀ, 2 1, ਸੋ 1 2, ਅਤੇ ਇੱਥੋਂ 1, ਇਹ ਬਣ ਗਿਆ 2 1। ਫਿਰ 3 2, 1 2 3, 1 2, ਇਹ ਬਣ ਗਿਆ, ਠੀਕ ਹੈ। ਫਿਰ ਹੈਗਾ 4 3, 1 2 3 4, 1 2 3, ਠੀਕ ਹੈ, 4 3 ਆ ਗਿਆ। ਫਿਰ ਹੈਗਾ 5 5, 1 2 3 4 5, 1 2 3 4 5। ਹੁਣ ਬੱਚੋ ਦੇਖੋ, ਇੱਥੇ ਆ ਕੇ ਇਹ ਜਿਹੜੇ ਇਹਨੂੰ ਇਹਨਾਂ ਜੋੜਿਆ, ਅਤੇ ਇਹ ਤਾਂ ਇੱਧਰ ਨੂੰ ਆ ਰਿਹਾ, ਇੱਦਾਂ ਇੱਦਾਂ ਆਏਗਾ ਸਿੱਧੀ ਲਾਈਨ, ਅਤੇ ਇੱਥੇ ਆ ਕੇ ਕੀ ਹੋ ਗਿਆ, ਇੱਥੇ ਮੋੜ ਆ ਗਿਆ, ਟੇਢਾਪਨ ਆ ਗਿਆ, ਇਹ ਦੇਖੋ ਇੱਦਾਂ ਆ ਗਿਆ। ਇਹ ਜਿਹੜੇ ਜੋੜਦੇ ਹਾਂ, ਇਹ 3 ਬਿੰਦੂ ਅਤੇ ਇੱਕ ਰੇਖਾ 'ਚ ਹੈਗੇ ਨੇ, 1 2 ਅਤੇ 3, ਇਹ ਤਾਂ ਇੱਕ ਰੇਖਾ 'ਚ ਆ ਰਹੇ ਨੇ,
ਪਰ ਇਹ ਦੋ ਬਿੰਦੂ ਤੇ ਰੇਖਾ ਚ ਆਣਗੇ ਆਣਗੇ, ਇੱਕ ਤੋਂ ਦੋ ਬਿੰਦੂ ਨੂੰ ਜਿੱਥੇ ਮਰਜ਼ੀ ਜੋੜ ਲਓ ਸਿੱਧੀ ਰੇਖਾ ਬਣੇਗੀ। ਗੱਲ ਤੇ ਬਣਦੀ ਹੈ ਕਿ ਤੀਜੇ ਤੇ, ਹੁਣ ਜਿਹੜਾ ਤੀਜਾ ਜਿਹੜਾ ਹੈ, ਇਹ ਤੀਜਾ ਤੇ ਚੌਥਾ ਜਿਹੜਾ ਬੱਚੋ, ਇਹ ਬਾਹਰ ਹੋ ਗਏ ਇੱਥੋਂ ਦੀ ਲੈ ਕੇ। ਸੋ ਅਸੀਂ ਕੀ ਲਿਖਾਂਗੇ, ਇਹ ਮਤਲਬ ਕਿ ਤੁਸੀਂ ਇੱਦਾਂ ਕਰਕੇ ਬਣਾ ਲੈਣਾ, ਇੱਦਾਂ ਕਰਕੇ ਟੇਢਾ ਤੇ ਕਹਿ ਟੇਢਾ, ਇੱਦਾਂ ਬਣ ਜਾਏਗੀ ਲਾਈਨ। ਜਿੱਦਾਂ ਜਿੱਥੇ ਤੇ ਸਿੱਧੀ ਜਾਂਦੀ ਹੈ ਫੁੱਟਾ, ਤੁਹਾਨੂੰ ਜਿਹੜੇ ਫੁੱਟਾ ਰੱਖੋਗੇ ਆਪੇ ਪਤਾ ਲੱਗ ਜਾਏਗਾ ਕਿ ਫੁੱਟਾ ਇੱਦਾਂ ਬਾਹਰ ਜਾ ਰਿਹਾ, ਤੇ ਦੂਜੀ ਦਾ ਡਰਾ ਕਰ ਦੇਣੀ, ਉਹਨੂੰ ਸ਼ੇਡ ਵੱਖਰੀ ਦੇ ਦੇਣੀ ਹੈ ਜਾਂ ਰੰਗ ਵੱਖਰਾ ਦੇ ਦੇਣਾ, ਤੇ ਲਿਖਣਾ ਬਿੰਦੂਆਂ ਨੂੰ ਅੰਕਿਤ ਕਰਕੇ ਅਸੀਂ ਦੇਖਦੇ ਹਾਂ ਕਿ ਇਹ ਸਾਰੇ ਬਿੰਦੂ ਇੱਕ ਰੇਖਾ ਵਿੱਚ ਨਹੀਂ ਹਨ। ਜੋ ਇਹ ਪੁੱਛਦੇ ਕਿਹੜੇ ਕਿਹੜੇ ਬਿੰਦੂ ਰੇਖਾ ਵਿੱਚ ਹਨ, ਤੇ ਅਸੀਂ ਕਹਿਣਾ ਸੀ ਇਹ ਵਾਲਾ 2-1, 3-2 ਤੇ 4-3 ਰੇਖਾ ਵਿੱਚ ਹਨ, ਠੀਕ ਹੈ, ਤੇ ਇਹ ਰੇਖਾ ਵਿੱਚ ਨਹੀਂ ਹੈਗਾ ਇਹ ਵਾਲਾ 5-5। ਪਰ ਇਹਨਾਂ ਨੇ ਇਹ ਕਿਹਾ ਕਿ ਸਾਰੇ ਬਿੰਦੂ ਰੇਖਾ ਵਿੱਚ ਹਨ, ਤੇ ਸਾਰੇ ਤੇ ਹੈ ਹੀ ਨਹੀਂ ਰੇਖਾ ਦੇ ਵਿੱਚ, ਠੀਕ ਹੈ ਨਾ। ਸਾਰੇ ਤਾਂ ਹੁੰਦੇ ਜੇ ਸਾਰਿਆਂ ਨੂੰ ਜੋੜ ਕੇ ਇੱਕ ਰੇਖਾ ਪ੍ਰਾਪਤ ਹੁੰਦੀ। ਸੋ ਅਸੀਂ ਲਿਖਾਂਗੇ ਸਾਰੇ ਬਿੰਦੂ ਇੱਕ ਰੇਖਾ ਵਿੱਚ ਨਹੀਂ ਹਨ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੇ ਅਭਿਆਸ ਨੰਬਰ 3.1 ਦਾ 2 ਸਵਾਲ, ਤੀਜਾ ਤੇ ਚੌਥਾ, ਤੁਸੀਂ ਇਸੇ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ, ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।